अज मिलन पैलेस विच यूथ अकाली दल प्रधान सरबजीत सिंह झिंजर की अगवाई हेठ पंजाब यूथ मिलनी के प्रोग्राम तहत हल्के के नौजवानों का भारी इकट्ठ होया। इस मौके भारी गिणती विच नौजवान वर्ग के नाल नाल हल्के के अकाली वर्कर भी पहुंचे। इस मौके बोलदिया साबका विधायक बलदेव सिंह खहरा ने कहा कि पंजाब के नौजवानों नूं पंजाब के मुद्दों से मिलकर लड़न की लोड़ है। उन्होंने अकाली सरकार वालों किए विकास कार्यों नूं याद करदिया मौजूदा सरकार के झूठे वादियां की पोल भी खोली। यूथ अकाली दल प्रधान सरबजीत सिंह झिंजर ने कहा कि वह वोटां की गल करन नहीं आए, सगों उन्हां दा मकसद पंजाब की जवानी नूं पंथ पंजाब ते पंजाबी नाल जुड़े मुद्दों से लामबंद करना है। उन्हां कहा कि मौजूदा समय केंद्र ते सूबा सरकारां ते देश दा मीडिया मिलके पंजाब दी जवानी खासकर सिख नौजवानां नूं बखवादी साबित करन करके बदनाम करन दीआं कोजियां साजिशां रच रहा है। सो समय दी लोड़ है कि पंजाब दी जवानी एकजुट होके दिल्ली दे निर्देशां ते चलदियां इन्हां राजनीतिक धिरां दे मनसूबियां नूं नाकाम करन दी लड़ाई दी कमान संभाले। इस मौके श्रोमणी अकाली दल दे इतिहास नाल जुड़ी फिल्म भी दिखाई गई। सो ਸਰਦਾਰ ਬਲਦੇਵ ਸਿੰਘ ਖਹਿਰਾ ਜੀ ਦੀ ਅਗਵਾਈ ਦੇ ਵਿੱਚ ਯੂਥ ਮਿਲਣੀ ਸਮਾਗਮ ਹੋਇਆ। ਬਹੁਤ ਵਧੀਆ ਸਮਾਗਮ ਹੋਇਆ ਤੇ ਬਹੁਤ ਵਧੀਆ ਹੁੰਗਾਰਾ ਮਿਲਿਆ। ਪਹਿਲਾਂ ਟੋਲ ਪ੍ਰਾਜੇ ਤੋਂ ਲੈ ਕੇ ਦੇਖੋ 10 ਕਿਲੋਮੀਟਰ ਦਾ ਲੰਬਾ ਰੋਡ ਸ਼ੋਅ ਹੀ ਨੌਜਵਾਨ ਕਰਕੇ ਲਏ ਨੇ। ਸੋ ਇਹ ਦੱਸਦਾ ਸੀ ਨੌਜਵਾਨਾਂ ਦਾ ਪਿਆਰ ਸਤਿਕਾਰ ਤੇ ਹੌਸਲਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਉੱਠ ਖੜੇ ਹੋ ਗਏ ਨੇ ਤੇ ਉਹ ਸਮਝ ਚੁੱਕੇ ਨੇ ਕਿ ਬਦਲਾਅ ਨਹੀਂ ਬਦਲਾ। ਮੈਂ ਸਟੇਜ ਤੋਂ ਹੀ ਬੋਲ ਕੇ ਆਇਆ। ਸੋ ਨੌਜਵਾਨਾਂ ਦੇ ਨਾਲ ਮਿਲਣੀ ਕਰਾਂਗੇ, ਹੁਣ ਬੈਠਾਂਗੇ ਨੌਜਵਾਨਾਂ ਦੀਆਂ, ਕੁਝ ਗੱਲਾਂ ਨੌਜਵਾਨਾਂ ਦੱਸੀਆਂ ਨੇ ਤੇ ਕੁਝ ਗੱਲਾਂ ਨੌਜਵਾਨਾਂ ਸੁਣਾਂਗੇ ਵੀ, ਕੁਝ ਸੁਣਾਂਗੇ ਕੁਝ ਸੁਣਾਵਾਂਗੇ, ਉਹਦੇ ਵਿੱਚੋਂ ਹੀ ਅੱਗੇ ਪੰਜਾਬ ਦਾ ਭਵਿੱਖ ਤਰਾਸਾਂਗੇ। ਸੋ ਪੰਜਾਬ ਦੇ ਨੌਜਵਾਨਾਂ ਦੇ ਨਾਲ ਜਿਹੜੀ ਬੱਜੀ ਹੋਈ ਠੱਗੀ ਆ, ਕਦੇ ਘਰ ਘਰ ਨੌਕਰੀ ਦਾ ਵਾਅਦਾ, ਕਦੇ ਕਰਜ਼ਾ ਖੁਰਕੀ ਦਾ ਵਾਅਦਾ, ਕਦੇ ਬਦਲਾਅ ਦਾ ਵਾਅਦਾ, ਕਦੇ ਨਵੀਂਕਰਨ ਦਾ ਵਾਅਦਾ, ਉਹ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬੈਠ ਕੇ ਬਾਹਰ ਨਿਕਲਣਾ ਪੈਣਾ। ਖਾਸ ਕਰਕੇ ਸਭ ਤੋਂ ਵੱਡਾ ਅੱਜ ਦਾ ਜਿਹੜਾ ਹੁਣ ਤਾਜ਼ਾ ਵਿਸ਼ਾ ਉਹ ਇਹ ਆ ਕਿ ਜਿਹੜਾ ਪੰਜਾਬ ਦਾ ਨੌਜਵਾਨ ਸਿੰਗਰ ਜਿਹੜਾ ਵਿਦੇਸ਼ ਦੀ ਧਰਤੀ ਗਿਆ ਹੋਇਆ ਸੁਭ, ਜਿਹੜਾ ਉਹਨੂੰ ਇੱਕ ਵੱਖਵਾਦੀ ਕਹਿ ਕੇ ਭੰਡਣਾ ਸਿਰਫ ਇਸ ਗੱਲ ਕਰਕੇ ਕਿ ਉਹ ਨੌਜਵਾਨ ਪੰਜਾਬ ਨਾਲ ਸੰਬੰਧਿਤ ਹੈ, ਸਿੱਖ ਨੌਜਵਾਨ ਹੈ, ਉਹਦਾ ਬਹੁਤ ਮਦਭਾਗਾ ਹੈ। ਖਾਸ ਕਰਕੇ ਮੈਨੂੰ ਇਹ ਕਹਿਣ 'ਚ ਕੋਈ ਗਰੇਜ਼ ਨਹੀਂ ਕਿ ਕੁਝ ਨੇ ਜਿਹੜੇ ਉਹ ਗੋਦੀ ਮੀਡੀਆ ਦੇ ਚੈਨਲ, ਕੁਝ ਉਹ ਕੇਜੀ ਮੀਡੀਆ ਦੇ ਚੈਨਲ ਜਾਣ ਬੁੱਝ ਕੇ ਪੰਜਾਬ ਦੇ ਸਿੱਖ ਨੌਜਵਾਨ ਨੂੰ ਬਦਨਾਮ ਕਰ ਰਹੇ ਨੇ, ਜਿਹੜਾ ਬਹੁਤ ਮਦਭਾਗਾ। ਅਤੇ ਪਹਿਲਾਂ ਪਿਛਲੇ ਦੌਰ ਦੇ ਵਿੱਚ ਵੀ ਸਮੇਂ ਸਮੇਂ 'ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕੇਂਦਰ ਦੀਆਂ ਦਿੱਲੀ ਏਜੰਡਾ ਸਰਕਾਰਾਂ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਬਦਨਾਮ ਕਰਕੇ ਦੂਜੇ ਸੂਬਿਆਂ ਦੇ ਵਿੱਚ ਡਰਾਬਾ ਦੇ ਕੇ ਲਾ ਲੈਣ ਦੀ ਕੋਸ਼ਿਸ਼ ਕਰਦੀਆਂ ਨੇ। ਹੁਣ ਵੀ ਉਹੀ ਕੁਝ ਇਹ ਹੋੜ ਲੱਗੀ ਪਈ ਆ। ਭਾਰਤੀ ਜਨਤਾ ਪਾਰਟੀ ਤਾਂ ਕਹਿੰਦੇ ਕਿ ਅਸੀਂ ਵੱਧ ਲਾਹਾ ਲੈ ਲਈਏ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਕੇ, ਤੇ ਆ ਨਵੇਂ ਟੋਪੀ ਵਾਲੇ ਕਹਿੰਦੇ ਨੇ ਅਸੀਂ ਵੱਧ ਲੈ ਲਈਏ। ਅਸੀਂ ਦੱਸਣਾ ਚਾਹੁੰਦੇ ਹਾਂ ਅਸੀਂ ਪੰਜਾਬ ਦੇ ਨੌਜਵਾਨ ਕੋਈ ਵੱਖਵਾਦੀ ਨਹੀਂ, ਕੋਈ ਅੱਤਵਾਦੀ ਨਹੀਂ, ਕੋਈ ਅਸੀਂ ਦੇਸ਼ ਦੀ ਵੰਡੀ ਨਹੀਂ ਚਾਹੁੰਦੇ। ਇਹ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ। ਕਾਲੇ ਪਾਣੀ ਪੰਜਾਬੀ ਗਏ, ਫਾਂਸੀ ਪੰਜਾਬੀਆਂ ਦੇ ਚੜ੍ਹੇ, ਇਹ ਦੇਸ਼ ਦੀ ਲਈ ਅੱਜ ਵੀ ਬਾਰਡਰਾਂ 'ਤੇ ਜੇ ਮਰਦੇ ਨੇ ਤਾਂ ਪੰਜਾਬੀ ਮਰਦੇ ਨੇ। ਤੀਜੇ ਦਿਨ ਜੇ ਤਿਰੰਗੇ ਵਿੱਚ ਲਿਪਟ ਕੇ ਜਿਹੜੀ ਉਹ ਲਾਸ਼ ਆਉਂਦੀ ਆ ਉਹ ਵੀ ਪੰਜਾਬੀ ਨੌਜਵਾਨਾਂ ਦੀ ਆਉਂਦੀ ਆ। ਇਹ ਪੰਜਾਬ ਦੇ ਨੌਜਵਾਨਾਂ ਦੇ ਸਿਰਾਂ ਨੂੰ, ਪੰਜਾਬ ਦੇ ਨੌਜਵਾਨਾਂ ਦੀਆਂ ਸਰਦਾਰੀਆਂ ਨੂੰ ਬਦਨਾਮ ਕਰਕੇ ਵੋਟਾਂ ਦਾ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਸਰਕਾਰਾਂ ਨੇ ਇਹ ਬਹੁਤ ਮਦਭਾਗ ਹੈ। ਦੇਖੋ ਗਵਰਨਰ ਨੇ ਤਾਂ ਹੁਣ ਹਿਸਾਬ ਮੰਗਣਾ ਹੀ ਆ, ਕਰਜ਼ਾ ਤਾਂ ਲੈਂਦੇ ਨੇ ਪੰਜਾਬ ਦੀ ਡਿਵੈਲਪਮੈਂਟ ਕਰਨ ਵਾਸਤੇ। ਇਹ ਨਹੀਂ ਅਸੀਂ ਕਹਿੰਦੇ ਕਿ ਅਸੀਂ ਕਰਜ਼ੇ ਨਹੀਂ ਲਏ, ਅਸੀਂ ਕਰਜ਼ੇ ਲਏ ਆ ਤਾਂ ਸੜਕਾਂ ਬਣਾਈਆਂ, ਏਅਰਪੋਰਟ ਬਣਾਏ, ਪਿੰਡ ਪਿੰਡ ਟਾਇਲ ਜਾ ਕੇ ਦੇਖ ਲਓ, ਜਿਹੜੀ ਮਰਜ਼ੀ ਪਿੰਡ ਦੀ ਫਿਰਨੀ ਤੋਂ ਲੰਘ ਜਾਓ ਤਾਂ ਅਕਾਲੀ ਉਹ ਅਕਾਲੀ ਬੋਲਣਗੇ, ਜਿਹੜੀ ਮਰਜ਼ੀ ਸਰਕਾਰੀ ਬਿਲਡਿੰਗ ਨੂੰ ਹੱਥ ਲਾ ਲਿਓ, ਸਕੂਲ ਨੂੰ, ਹਸਪਤਾਲ ਨੂੰ, ਤਾਂ ਅਕਾਲੀਆਂ ਦੀ ਆਵਾਜ਼ ਆਊਗੀ। ਤੇ ਅੱਜ ਹਾਲਾਤ ਇਹ ਨੇ ਕਿ ਇਹ ਕਰਜ਼ਾ ਲੈ ਕੇ ਆ ਥਾਂ ਥਾਂ ਵੋਟ ਭਗਵੰਤ ਮਾਨ ਦੇ ਕਹਿੰਦੇ ਜੀ ਭ੍ਰਿਸ਼ਟਾਚਾਰ ਖਤਮ ਹੋ ਗਿਆ। ਪੰਜਾਬ ਦੇ ਨੌਜਵਾਨਾਂ ਪੁੱਛਣਾ ਚਾਹੁੰਦਾ ਭ੍ਰਿਸ਼ਟਾਚਾਰ ਖਤਮ ਹੋ ਗਿਆ, ਨਹੀਂ ਹੋਇਆ। ਹਜ਼ਾਰਾਂ ਹਜ਼ਾਰਾਂ ਨੌਜਵਾਨ 'ਚ ਬਾਹ ਖੜੀ ਕਰਾਈ ਦੀ ਆ, ਇੱਕ ਵੀ ਨਹੀਂ ਬੋਲਦਾ। ਇਹ ਕਹਿੰਦੇ ਨੇ ਥਾਂ ਥਾਂ ਵੋਟ ਲਾ ਤੇ ਕਿ ਨਸ਼ਾ ਖਤਮ ਹੋ ਗਿਆ, ਨਸ਼ਾ ਖਤਮ ਹੋ ਗਿਆ, ਬਿਲਕੁਲ ਨਹੀਂ ਹੋਇਆ। ਸੋ ਇਹ ਜਿਹੜਾ ਕਰਜ਼ਾ ਇਹ ਕੇਜਰੀਵਾਲ ਨੂੰ ਚਮਕਾਉਣ ਤੇ ਸਾਰਾ ਪੰਜਾਬ ਫੂਕ ਦੇਣਾ ਭਗਵੰਤ ਮਾਨ ਨੇ, ਬਚ ਲਓ ਜੇ ਬਚਿਆ ਜਾਂਦਾ। ਵਿਧਾਨ ਸਭਾ ਹਲਕਾ ਫਿਲੌਰ ਦੇ ਅੱਜ ਦੇ ਯੂਥ ਮਿਲਣੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਜੀ ਝਿੰਜਰ ਸਾਹਿਬ ਔਰ ਮੇਰੇ ਵਿਧਾਨ ਸਭਾ ਹਲਕਾ ਫਿਲੌਰ ਤੋਂ ਆਏ ਵੱਖ ਵੱਖ ਪਿੰਡਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਹਿਬਾਨ ਅਤੇ ਬਹੁਤ ਹੀ ਸਤਿਕਾਰਯੋਗ ਯੂਥ ਅਕਾਲੀ ਦਲ ਦੇ ਆਗੂ ਸਾਹਿਬਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ। ਮੈਂ ਅੱਜ ਦੇ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਫਿਲੌਰ ਵੱਲੋਂ ਸਮੁੱਚੇ ਹਲਕਾ ਨਿਵਾਸੀ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹੁੰਚੇ ਤੇ ਪ੍ਰੋਗਰਾਮ ਨੂੰ ਕਾਮਯਾਬ ਬਣਾਇਆ, ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ APਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।
देश विदेश दीयां खबरां देखण लई साडे एपी न्यूज़ पंजाबी चैनल नूं सबसक्राइब करो, लाइक करो, शेयर करो अते कमेंट करो जी।